ਹਾਈ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬੀ ਦੇ ਇੱਕ ਹੋਰ ਜਾਣੇ ਮਾਣੇ ਸਾਹਿਤਕਾਰ ਜਿਨ੍ਹਾਂ ਦਾ ਨਾਮ ਹੈ ਨਰਿੰਦਰ ਦਸਨੀ ਉਹਨਾਂ ਦੇ ਜੀਵਨ ਤੇ ਰਚਨਾਵਾਂ ਬਾਰੇ ਜਾਣਾਂਗੇ ਸੋ ਇਸ ਤੋਂ ਪਹਿਲਾਂ ਆਪਾਂ ਕਾਫੀ ਪੰਜਾਬੀ ਦੇ ਸਾਹਿਤਕਾਰਾਂ ਉੱਪਰ ਵੀਡੀਓਜ਼ ਕਵਰ ਕਰ ਚੁੱਕੇ ਹਾਂ ਅਗਰ ਤੁਸੀਂ ਉਹ ਹਲੇ ਨਹੀਂ ਦੇਖਿਆ ਤਾਂ ਵੀਡੀਓ ਸੈਕਸ਼ਨ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਨਰਿੰਦਰ ਦਸਨੀ ਜੀ ਦੀ ਅਗਰ ਗੱਲ ਕਰੀਏ ਤਾਂ ਜੀ ਇਹਨਾਂ ਦਾ ਅਗਰ ਸ਼ੁਰੂ ਤੋਂ ਦੇਖਿਆ ਜਾਏ ਚੁੱਕਾ ਇਹਨਾਂ ਦਾ ਉਰਦੂ ਵਾਲੇ ਜ਼ਿਆਦਾ ਸੀ ਲੇਕਿਨ ਹੌਲੀ ਹੋੜੀ ਨੇ ਪੰਜਾਬੀ ਸਾਹਿਤ ਦੇ ਵਿੱਚ ਵੀ ਕਮਾਲ ਦਿਖਾਇਆ ਆਪਣਾ ਸੋ ਡਿਸਕਸ ਕਰਾਂਗੇ ਜੀ ਡਿਟੇਲ ਦੇ ਵਿੱਚ ਤੇ ਇਹਨਾਂ ਦੇ ਕੁਐਸ਼ਨਸ ਜੋ ਨੇ ਕਾਫੀ ਪੁੱਛੇ ਜਾਂਦੇ ਨੇ ਸੋ ਆਪਾਂ ਸਾਰਾ ਡਿਸਕਸ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਰਚਨਾਵਾਂ ਲਿਖੀਆਂ ਤੇ ਕਿਸ ਤਰ੍ਹਾਂ ਆਪਣਾ ਯੋਗਦਾਨ ਜੋ ਹੈ ਪੰਜਾਬੀ ਸਾਹਿਤ ਦੇ ਵਿੱਚ ਪਾਇਆ ਸੋ ਨਰਿੰਜਨ ਤੇ ਸਨੀਮ ਜੀ ਦੀ ਅਗਰ ਗੱਲ ਕਰੀਏ ਤਾਂ ਜੀ ਇਹ ਪੰਜਾਬੀ ਸਾਹਿਤ ਦੇ ਵਿੱਚ ਆਪਣੇ ਨਵੇਂ-ਨਵੇਂ ਪ੍ਰਯੋਗਾਂ ਦੇ ਲਈ ਜਾਣੇ ਜਾਂਦੇ ਨੇ ਤੇ ਨਵੀਆਂ ਸ਼ੈਲੀਆਂ ਦਾ ਪ੍ਰਯੋਗ ਇਹਨਾਂ ਨੇ ਕੀਤਾ ਮਤਲਬ ਇੱਕ ਲੀਕ ਤੋਂ ਹਟ ਕੇ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ ਸੀ ਜਿਵੇਂ ਪਹਿਲਾਂ ਵਾਲੇ ਜੋ ਲਿਖਾਰੀ ਨੇ ਉਹ ਲਿਖਦੇ ਸੀ ਇਹਨਾਂ ਨੇ ਥੋੜਾ ਜਿਹਾ ਉਹਨਾਂ ਤੋਂ ਅਲੱਗ ਤਰੀਕੇ ਨਾਲ ਆਪਣੀ ਜੋ ਹੈ ਰਚਨਾਵਾਂ ਨੂੰ ਪੇਸ਼ ਕੀਤਾ ਸੋ ਉਸ ਚੀਜ਼ ਦੇ ਲਈ ਇਹਨਾਂ ਨੂੰ ਕਾਫੀ ਜੋ ਹੈ ਸ਼ਲਾਘਾ ਵੀ ਮਿਲੀ ਜਨਮ ਜੋ ਹੈ ਨਿਰੰਜਨ ਤਸਨੀਮ ਜੀ ਦਾ 1 ਮਈ 1929 ਨੂੰ ਹੋਇਆ ਸੀ ਇਹਨਾਂ ਦੇ ਨਾਨਕੇ ਦਰਨਤਾਰਨ ਵਿਖੇ ਤੇ ਸਿੱਖਿਆ ਜੋ ਹੈ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਮਏ ਕੀਤੀ ਸੀ ਅੰਗਰੇਜ਼ੀ ਦੀ ਜਿਸ ਕਰਕੇ ਸ਼ਾਇਦ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਵੀ ਪੱਛਮੀ ਨਾਵਲਾਂ ਦਾ ਜੋ ਅਗਰ ਦੇਖਿਆ ਜਾਵੇ ਸਟਾਈਲ ਕਾਫੀ ਦੇਖਣ ਨੂੰ ਮਿਲਦਾ ਹੈ ਨਰਿੰਜਨ ਵਿੱਚ ਸਾਹੀ ਦੇ ਰੁਚੀ ਕਿੱਥੋਂ ਪੈਦਾ ਹੋਈ ਤਾਂ ਜੀ ਇਹਨਾਂ ਦੇ ਘਰ ਦਾ ਮਾਹੌਲ ਸ਼ੁਰੂ ਤੋਂ ਹੀ ਸਾਹਿਤਿਕ ਸੀ ਬਚਪਨ ਤੋਂ ਹੀ ਉਹਨਾਂ ਦੇ ਤਾਇਆ ਪੂਰਨ ਸਿੰਘ ਹੁਨਰ ਦਾ ਪ੍ਰਭਾਵ ਸੀ ਜੋ ਉਰਦੂ ਮੁਸ਼ਾਇਰਿਆਂ ਦੀ ਜਾਨ ਸਮਝੇ ਜਾਂਦੇ ਸੀ ਇਸ ਤੋਂ ਇਲਾਵਾ ਇਹਨਾਂ ਦੇ ਚਾਚਾ ਜੀ ਵੀ ਕਾਫੀ ਮਤਲਬ ਉਰਦੂ ਦੇ ਜਾਣੇ ਮਾਣੇ ਕਵੀ ਸੀ ਸੋ ਉਹਨਾਂ ਦਾ ਪ੍ਰਭਾਵ ਜੋ ਹੈ ਦੋਨਾਂ ਦਾ ਨਰਿੰਜਨ ਤੇ ਸੁਨੀਮ ਤੇ ਕਾਫੀ ਜ਼ਿਆਦਾ ਪਿਆ ਤੇ ਨਰਿੰਦਰ ਚੰਦ ਦੀ ਜੋ ਰੁਚੀ ਹੈ ਹੌਲੀ-ਹੌਲੀ ਸਾਹਿਤ ਦੇ ਵਿੱਚ ਪੈਦਾ ਹੋ ਗਈ। ਸੋ ਇਹਨਾਂ ਨੇ ਲਿਖਣਾ ਕਦੋਂ ਸ਼ੁਰੂ ਕੀਤਾ ਤਾਂ ਜੀ ਇਹਨਾਂ ਦਾ ਝੁਕਾਅ ਤਾਂ ਬਚਪਨ ਤੋਂ ਹੀ ਸੀ ਸਾਹਿਤ ਵੱਲ ਤੇ 8ਵੀਂ ਜਮਾਤ ਵਿੱਚ ਇਹਨਾਂ ਨੇ ਥੋੜਾ-ਬਹੁਤ ਲਿਖਣਾ ਸ਼ੁਰੂ ਕਰ ਦਿੱਤਾ। ਜੋ ਕਾਲਜ ਤੱਕ ਪਹੁੰਚਦੇ-ਪਹੁੰਚਦੇ ਇਹਨਾਂ ਦੀ ਲੇਖਣੀ ਦੇ ਵਿੱਚ ਕਾਫੀ ਨਿਖਾਰ ਆਇਆ। ਸ਼ੁਰੂਆਤ ਵਿੱਚ ਨਰਿੰਦਰ ਨੇ ਕਿਹੋ ਜਿਹੀਆਂ ਰਚਨਾਵਾਂ ਲਿਖੀਆਂ ਤਾਂ ਘਰ ਦਾ ਜਿਸ ਤਰ੍ਹਾਂ ਦਾ ਮਾਹੌਲ ਸੀ ਉਹਦੇ ਕਰਕੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਗਜ਼ਲ ਤੇ ਉਰਦੂ ਕਹਾਣੀਆਂ ਲਿਖਣੀ ਸ਼ੁਰੂ ਕੀਤੀਆਂ। ਪੰਜਾਬੀ ਸਾਹਿਤ ਲਿਖਣ ਲਈ ਨਰਿੰਦਰਨ ਨੂੰ ਕਿਸ ਨੇ ਪ੍ਰੇਰਿਆ ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ Shimla ਨੌਕਰੀ ਕਰਦੇ ਹਨ ਜਦੋਂ ਉਸ ਸਮੇਂ ਸ਼ਾਇਦ ਇਹਨਾਂ ਦੀ ਉਮਰ 22 ਸਾਲ ਸੀ ਤਾਂ ਇਹਨਾਂ ਦੀ ਮੁਲਾਕਾਤ ਜੋ ਹੈ ਉਹ ਪ੍ਰਸਿੱਧ ਕਵੀ ਈਸ਼ਵਰ ਚਿੱਤਰਗਾਰ ਨਾਲ ਹੋਈ ਤੇ ਉਸ ਨੇ ਹੀ ਤਸਨੀਮ ਨੂੰ ਪੰਜਾਬੀ ਸਾਹਿਤ ਪੜਨ ਤੇ ਲਿਖਨ ਦੀ ਪ੍ਰੇਰਣਾ ਦਿੱਤੀ ਸੀ ਤੇ ਉਸ ਤੋਂ ਬਾਅਦ ਸ਼ਾਇਦ ਇਹਨਾਂ ਨੇ ਕਦੀ ਵੀ ਉਰਦੂ ਸਾਹਿਤ ਵੱਲ ਨਹੀਂ ਵੇਖਿਆ ਕਿਉਂਕਿ ਇਹਨਾਂ ਦਾ ਲਗਾਵ ਜੋ ਹੈ ਉਹ ਪੰਜਾਬੀ ਸਾਹਿਤ ਨਾਲ ਬਹੁਤ ਜ਼ਿਆਦਾ ਹੋ ਗਿਆ ਸੀ ਤਸਨੀਮ ਆਪਣੀਆਂ ਰਚਨਾਵਾਂ ਵਿੱਚ ਕਿਸ ਦੀ ਵੱਧ ਪੇਸ਼ਕਾਰੀ ਕਰਦਾ ਹੈ ਤਾਂ ਜੀ ਤਸਨੀਮ ਨੇ ਮਨੁੱਖ ਉਤੇ ਲਗਾਤਾਰ ਵੱਧ ਰਹੇ ਮਾਨਸਿਕ ਦਬਾਅ ਨੂੰ ਮਾਨੀ ਡੁੰਗਾਈ ਤੋਂ ਪੇਸ਼ ਕੀਤਾ ਹੈ ਮਾਨਸਿਕ ਵਾਤਾਵਰਣ ਦਸ਼ਾ ਨੂੰ ਮੁੱਖ ਤੌਰ ਤੇ ਉਭਾਰਿਆ ਹੈ ਆਪਣੀਆਂ ਰਚਨਾਵਾਂ ਦੇ ਥਰੂ ਨੈਕਸਟ ਜੀ ਨਰਿੰਦਰ ਸਿੰਘ ਨੇ ਪੰਜਾਬੀ ਦਾ ਪਹਿਲਾ ਨਾਵਲ ਕਿਹੜਾ ਲਿਖਿਆ ਤਾਂ ਜੀ ਪਰਛਾਵੇਂ ਨਾਵਲ ਲਿਖਿਆ ਸੀ 1968 ਦੇ ਵਿੱਚ ਨਰਿੰਦਰ ਸਿੰਘ ਦੀ ਸਵੈ ਜੀਵਨੀ ਦਾ ਕੀ ਨਾਂ ਹੈ ਆਇਨੇ ਦੇ ਰੂਬਰੂ ਇਹਨਾਂ ਨੇ ਸਵੈ ਜੀਵਨੀ ਲਿਖੀ ਸੀ 2002 ਦੇ ਵਿੱਚ ਨੈਕਸਟ ਹੈ ਜੀ ਦਸਨੀਮ ਦੀ ਕਿਸ ਰਚਨਾ ਲਈ ਉਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਤਾਂ ਜੀ ਨਾਵਲ ਗਵਾਚੇ ਅਰਥ ਲਈ ਮਿਲਿਆ ਸੀ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਸਨੀਮ ਦੇ ਨਾਵਲਾਂ ਵਿੱਚ ਕਿਸ ਵਰਗ ਯਾਨੀ ਕਿ ਕਿਸ ਸਮਾਜਿਕ ਵਰਗ ਦੀ ਜ਼ਿਆਦਾ ਪੇਸ਼ਕਾਰੀ ਵੇਖਣ ਨੂੰ ਮਿਲਦੀ ਹੈ ਤਾਂ ਜੀ ਸ਼ਹਿਰੀ ਜੀਵਨ ਦੀ ਪੜੀ ਲਿਖੀ ਮੱਧ ਵਰਗੀ ਸ਼੍ਰੇਣੀ ਨੂੰ ਇਹ ਜ਼ਿਆਦਾ ਪੇਸ਼ ਕਰਦੇ ਨੇ ਆਪਣੇ ਨਾਵਲਾਂ ਦੇ ਵਿੱਚ ਨਿਮ ਦੀ ਲੇਖਣੀ ਵਿੱਚ ਕਿਹੜੀ ਖੂਬੀ ਉਸ ਨੂੰ ਬਾਕੀ ਸਾਹਿਤਕਾਰਾਂ ਨਾਲੋਂ ਵੱਖਰਾ ਕਰਦੀ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਮਨੋਦਸ਼ਾ ਨੂੰ ਉਭਾਰਦੇ ਨੇ ਆਪਣੇ ਨਾਵਲਾਂ ਦੇ ਵਿੱਚ ਸੋ ਇਹਨਾਂ ਦੇ ਨਾਵਲਾਂ ਵਿੱਚ ਮਨੋਵਿਗਿਆਨਕ ਵਿਸ਼ਲੇਸ਼ਣ ਜੋ ਹੈ ਉਹ ਕਾਫੀ ਵੇਖਣ ਨੂੰ ਮਿਲਦਾ ਹੈ ਮਤਲਬ ਇਹਨਾਂ ਦਾ ਜ਼ਿਆਦਾ ਜੋ ਫੋਕਸ ਹੁੰਦਾ ਹੈ ਉਹ ਪਾਤਰਾਂ ਦੇ ਅਗਰ ਦੇਖਿਆ ਜਾਵੇ ਮਨੋਵਿਗਿਆਨਕ ਦਸ਼ਾ ਤੇ ਜ਼ਿਆਦਾ ਹੁੰਦਾ ਕਿਸੇ ਵੀ ਨਾਵਲ ਦੇ ਵਿੱਚ ਅਗਰ ਤੁਸੀਂ ਪੜੋ ਗਵਾਚੇ ਅਰਥ ਨਾਵਲ ਵਿੱਚ ਨਾਵਲ ਦੀ ਪੇਸ਼ਕਾਰੀ ਲਈ ਕਿਸ ਸ਼ੈਲੀ ਦਾ ਪ੍ਰਯੋਗ ਕੀਤਾ ਗਿਆ ਹੈ ਤਾਂ ਜੀ ਉਹ ਸਵੈ ਜੀਵਨੀ ਮੂਲਕ ਸ਼ੈਲੀ ਦਾ ਇਹਨਾਂ ਨੇ ਪ੍ਰਯੋਗ ਕੀਤਾ ਜਿਸ ਦੀ ਕਾਫੀ ਸ਼ਲਾਘਾ ਵੀ ਕੀਤੀ ਗਈ ਸੀ ਗਵਾਚੇ ਅਰਥ ਨਾਵਲ ਦਾ ਮੁੱਖ ਪਾਤਰ ਕੌਣ ਹੈ ਬਲਵੀਰ ਜੋ ਕਿ ਇੱਕ ਪ੍ਰੋਫੈਸਰ ਹੈ ਇਹ ਨਾਵਲ ਕਿਸ ਘਟਨਾ ਤੇ ਅਧਾਰਿਤ ਹੈ ਤਾਂ ਜੀ ਇਹ ਨਾਵਲ 84 ਦੇ 1984 ਦੇ ਦੰਗਿਆਂ ਤੇ ਆਧਾਰਿਤ ਹੈ ਕਿਸ ਤਰ੍ਹਾਂ ਮਤਲਬ ਲੋਕਾਂ ਨੇ ਉਦੋਂ ਜੋ ਹੈ ਉਹ ਜ਼ੁਲਮ ਸਹੇ ਉਸ ਸਾਰੇ ਤੇ ਇਹਨਾਂ ਨੇ ਜੋ ਘਟਨਾ ਹੈ ਉਹਨੂੰ ਬਿਆਨ ਕੀਤਾ ਆਪਣੇ ਨਾਵਲ ਦੇ ਥਰੂ ਪ੍ਰੋਫੈਸਰ ਰਵਿੰਦਰ ਕਿਸ ਨਾਵਲ ਦਾ ਮੁੱਖ ਪਾਤਰ ਹੈ ਤਾਂ ਤਲਾਸ਼ ਕੋਈ ਸੰਦੇਵੀ ਨਾਵਲ ਇਹਨਾਂ ਦਾ ਆਇਆ ਸੀ ਉਸ ਦੇ ਵਿੱਚ ਮੁੱਖ ਪਾਤਰ ਜੋ ਹੈ ਪ੍ਰੋਫੈਸਰ ਰਵਿੰਦਰ ਹੈ ਨੈਕਸਟ ਹੈ ਜੀ ਯਾਰ ਫਿਰ ਤੁਸੀਂ ਉਹੀ ਗੱਲਾਂ ਸ਼ੁਰੂ ਕਰ ਦਿੱਤੀਆਂ Hindu Sikh ਜਾਂ Sikh Hindu ਮਨੁੱਖਾਂ ਦੀ ਗੱਲ ਕਰੋ ਪਿਆਰ ਅਤੇ ਮੁਹੱਬਤ ਦੀ ਗੱਲ ਕਰੋ ਇਹ ਸਤਰਾ ਕਿਸ ਨਾਵਲ ਦੀਆਂ ਹਨ ਤਾਂ ਜੀ ਇਹ ਕਾਫੀ ਮਸ਼ਹੂਰ ਹੈ ਇਹਨਾਂ ਦਾ ਨਾਵਲ ਜਿਸ ਦਾ ਨਾਮ ਹੈ ਗਵਾਚੇ ਅਰਥ ਤਾਂ ਇਹਦੇ ਵਿੱਚ ਇਹ ਮਤਲਬ ਸਤਰਾ ਆਉਂਦੀਆਂ ਨੇ ਜੋ ਇੱਕ ਪਾਤਰ ਅਸ਼ੋਕ ਕੁਮਾਰ ਨੇ ਕਹੀਆਂ ਹੁੰਦੀਆਂ ਨੇ ਨੈਕਸਟ ਹੈ ਜੀ 2015 ਚ ਕਿਸ ਨਾਵਲ ਲਈ ਤਸਨੀਮ ਨੂੰ ਪੰਜਾਬੀ ਸਾਹਿਤ ਰਤਨ ਅਵਾਰਡ ਦਿੱਤਾ ਗਿਆ ਤਾਂ ਇਹੀ ਨਾਵਲ ਗਵਾਚੇ ਅਰਥ ਨਾਵਲ ਦੇ ਲਈ ਇਹਨਾਂ ਨੂੰ ਔਣ ਮਿਲਿਆ ਸੀ ਇਹਨਾਂ ਨੇ ਨਾਵਲ ਜਦੋਂ ਲਿਖਤਾ ਤਾਂ ਉਸ ਤੋਂ ਇਹਨਾਂ ਨੂੰ ਤਕਰੀਬਨ 15-20 ਸਾਲ ਬਾਅਦ ਜੋ ਹੈ ਅਵਾਰਡ ਮਿਲਿਆ ਉਸ ਲਈ ਸੋ ਕਾਫੀ ਇਹਨਾਂ ਨੂੰ ਇੰਤਜ਼ਾਰ ਵੀ ਕਰਨਾ ਪਿਆ ਸੀਗਾ ਕਸ਼ਟੇਜੀ ਤਸਨੀਮ ਦੀ ਲੇਖਣੀ ਕਿਸ ਸਾਹਿਤ ਤੋਂ ਪ੍ਰਭਾਵਿਤ ਸੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਨਾਂ ਦੀ ਐਮਏ ਜੋ ਸੀ ਉਹ ਅੰਗਰੇਜ਼ੀ ਦੇ ਵਿੱਚ ਸੀ ਸੋ ਕਾਫੀ ਇਹਨਾਂ ਦਾ ਜੋ ਪ੍ਰਭਾਵ ਹੈ ਦੇਖਣ ਨੂੰ ਮਿਲਦਾ ਸੋ ਅੰਗਰੇਜ਼ੀ ਸਾਹਿਤ ਤੋਂ ਇਹਨਾਂ ਦੀ ਲੇਖਣੀ ਕਾਫੀ ਪ੍ਰਭਾਵਿਤ ਸੀ ਤਸਨੀਮ ਨੇ ਈਸ਼ਵਰ ਚਿੱਤਰਗਾਰ ਨੂੰ ਮੁੱਖ ਰੱਖ ਕੇ ਕਿਹੜੀ ਰਚਨਾ ਲਿਖੀ ਤਸਨੀਮ ਈਸ਼ਵਰ ਚਿੱਤਰਕਾਰ ਦੇ ਬਹੁਤ ਨਜ਼ਦੀਕ ਸੀਗੇ ਤੇ ਉਹਨਾਂ ਨੂੰ ਆਪਣਾ ਆਦਰਸ਼ ਵੀ ਮੰਨਦੇ ਸੀ ਤੇ ਇਹਨਾਂ ਨੇ ਮਤਲਬ ਉਹਨਾਂ ਨੂੰ ਬਹੁਤ ਜ਼ਿਆਦਾ ਫੋਲੋ ਵੀ ਕੀਤਾ ਆਪਣੀ ਲਾਈਫ ਦੇ ਵਿੱਚ ਸੋ ਇਹਨਾਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਇੱਕ ਰਚਨਾ ਵੀ ਲਿਖੀ ਸੀ ਜੁਗਾ ਤੋਂ ਪਰ ਇਸ ਨਾਮ ਦਾ ਕਿਹੜਾ ਨਾਵਲ ਇੱਕ ਰਿਕਸ਼ਾ ਚਾਲਕ ਦੀ ਜ਼ਿੰਦਗੀ ਤੇ ਕੇਂਦ੍ਰਿਤ ਹੈ ਤਾਂ ਜੀ ਇਹ ਨਾਵਲ ਦਾ ਨਾਮ ਹੈ ਇੱਕ ਹੋਰ ਨਵਾਂ ਸਾਲ ਜੋ ਕਿ ਮੈਂ ਅੱਜਕੱਲ ਪੜ੍ਹ ਵੀ ਰਹੀ ਹਾਂ ਸੋ ਅਗਰ ਕਿਸੇ ਨੂੰ ਪੀਡੀਐਫ ਚਾਹੀਦੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਬਹੁਤ ਅੱਛਾ ਨਾਵਲ ਲਿਖਿਆ ਹੋਇਆ ਇਹਨਾਂ ਨੇ ਵੀ ਸੋ ਇਹਨਾਂ ਦਾ ਜੋ ਸਾਰਾ ਨਾਵਲ ਹੈ ਉਹ ਇੱਕ ਰਿਕਸ਼ਾ ਚਾਲਕ ਦੀ ਜ਼ਿੰਦਗੀ ਮਤਲਬ ਇੱਕ ਦਿਨ ਦੀ ਦੌਰਾਨ ਉਹਨਾਂ ਦੇ ਨਾਲ ਕੀ-ਕੀ ਹੁੰਦਾ ਹੈ ਉਹਨਾਂ ਦੇ ਰਿਕਸ਼ੇ ਤੇ ਸਵਾਰੀਆਂ ਜੁਨੇ ਚੜ੍ਹਦੀਆਂ ਉਤਰਦੀਆਂ ਰਹਿੰਦੀਆਂ ਨੇ ਆਪਣੇ ਸਾਰੀਆਂ ਜੋ ਨੇ ਮੁਸੀਬਤਾਂ ਮੁਸ਼ਕਲਾਂ ਜੋ ਨੇ ਉਹਨਾਂ ਬਾਰੇ ਗੱਲਾਂ ਕਰਦੀਆਂ ਰਹਿੰਦੀਆਂ ਨੇ ਸੋ ਉਸ ਚੀਜ਼ ਦਾ ਔਰਿਕਸ਼ਾ ਚਾਲਕ ਤੇ ਬਹੁਤ ਪ੍ਰਭਾਵ ਪੈਂਦਾ ਹੈ ਸੋ ਜੀ ਇਹ ਨਾਵਲ ਸਾਰਾ ਜੋ ਹੈ ਉਹਦੇ ਉੱਤੇ ਆਧਾਰਿਤ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਪਾਤਰਾਂ ਦੇ ਮਨੋਵਿਗਿਆਨਕ ਨੂੰ ਦਰਸਾਉਣ ਨੂੰ ਬਹੁਤ ਅੱਛੀ ਤਰ੍ਹਾਂ ਪੇਸ਼ ਕਰਦੇ ਨੇ ਸੋ ਇਸ ਤਰ੍ਹਾਂ ਹੀ ਇਹਨਾਂ ਨੇ ਇਸ ਨਾਵਲ ਦੇ ਵਿੱਚ ਵੀ ਕੀਤਾ ਸੋ ਅਗਰ ਕਿਸੇ ਨੂੰ ਪੀਡੀਐਫ ਚਾਹੀਦੀ ਹੋਏ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਨੀਚੇ ਕਿਸ ਨਾਵਲ ਵਿੱਚ ਲੇਖਕ ਦੇਸ਼ਵੰਡ ਦੀ ਗੱਲ ਕਰਦਾ ਹੈ ਤਾਂ ਜੀ ਜਦੋਂ ਸਵੇਰ ਹੋਈ ਨਾਵਲ ਦੇ ਵਿੱਚ ਜੋ ਹੈ ਇਹਨਾਂ ਨੇ ਦੇਸ਼ਵੰਡ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਦੋ ਜੋ ਹੈ ਦੋਹਾਂ ਮੁਲਕਾਂ ਦੇ ਲੋਕਾਂ ਨੇ ਜੋ ਸੰਤਾਪ ਸੇ ਭੋਗੇ ਸੀ ਸੋ ਉਸ ਬਾਰੇ ਇਹਨਾਂ ਨੇ ਜੋ ਹੈ ਵਰਤਾਂਤ ਲਿਖਿਆ ਨੈਕਸਟ ਹੈ ਜੀ ਇਨਦਰੀਆਂ ਕੁਝ ਰਚਨਾਵਾਂ ਬਾਰੇ ਗੱਲ ਕਰਦੇ ਹਾਂ ਤਾਂ ਜੀ ਸਭ ਤੋਂ ਪਹਿਲਾ ਨਾਵਲ ਇਹਨਾਂ ਦਾ ਆਇਆ ਸੀ ਪਰਛਾਵੇਂ 1968 ਦੇ ਵਿੱਚ ਉਸ ਤੋਂ ਬਾਅਦ ਕਸਕ ਨਾਵਲ ਇਹਨਾਂ ਨੇ ਲਿਖਿਆ 1967 ਤਰੇੜਾਂ ਤੇ ਰੂਪ 1968 ਰੇਤ ਛਲ 1969 ਹਨੇਰਾ ਹੋਣ ਤੱਕ 1971 ਇੱਕ ਹੋਰ ਨਵਾਂ ਸਾਲ 1974 ਜਦੋਂ ਸਵੀਰ ਹੋਈ 1977 ਜੁਗਾ ਤੋਂ ਬਾਅਦ 1981 ਗਵਾਚੇ ਅਰਥ 1993 ਤਲਾਸ਼ ਕੋਈ ਸੰਦੀਵੀ 2008 ਦੇ ਵਿੱਚ ਇਹਨਾਂ ਨੇ ਲਿਖਿਆ ਸੀ ਸੋ ਉਸ ਦੇ ਨਾਲ ਨਾਲ ਇਹਨਾਂ ਨੇ ਜੀ ਆਲੋਚਨਾ ਤੇ ਵੀ ਕਾਫੀ ਕਿਤਾਬਾਂ ਲਿਖੀਆਂ ਤੇ ਇੱਕ ਪੰਜਾਬੀ ਦੇ ਅੱਗੇ ਆਲੋਚਕ ਵੀ ਮੰਨੇ ਜਾਂਦੇ ਨੇ ਇਹ ਪੰਜਾਬੀ ਨਾਵਲ ਦਾ ਆਲੋਚਨਾਤਮਕ ਅਧਿਐਨ ਇਹਨਾਂ ਨੇ ਲਿਖਿਆ ਸੀ 1973 ਦੇ ਵਿੱਚ ਪੰਜਾਬੀ ਨਾਵਲ ਦਾ ਮਹਾਂਦਰਾ 1979 ਦੇ ਵਿੱਚ ਮੇਰੀ ਨਾਵਲ ਨਿਗਾਰੀ 1985 ਦੇ ਵਿੱਚ ਨਾਵਲ ਕਲਾ ਤੇ ਮੇਰਾ ਅਨੁਭਵ ਇਹਨਾਂ ਨੇ 1996 ਵਿੱਚ ਲਿਖਿਆ ਸੀ ਤੇ ਇਸ ਵੈ ਜੀਵਨੀ ਜਿਹੜਾ ਇਹਨਾਂ ਦੀ ਆਇਨੇ ਦੇ ਰੂਬਰੂ ਇਹਨਾਂ ਨੇ 2002 ਦੇ ਵਿੱਚ ਲਿਖੀ ਸੀ ਤੇ ਜੀ ਸਨਮਾਨ ਦੇ ਪੁਰਸਕਾਰ ਤਾਂ ਜੀ ਇਹਨਾਂ ਨੂੰ ਕਾਫੀ ਸਨਮਾਨ ਤੇ ਪੁਰਸਕਾਰ ਵੀ ਪ੍ਰਾਪਤ ਹੋਏ ਨੇ ਇਹਨਾਂ ਦੇ ਯੋਗਦਾਨ ਦੇ ਲਈ ਤਾਲੀਵਾਲ ਪੁਰਸਕਾਰ ਇਹਨਾਂ ਨੂੰ 1993 ਵਿੱਚ ਮਿਲਿਆ ਸਰਬੋਤਮ ਪੰਜਾਬੀ ਗਲਪਕਾਰ ਦਾ ਅਵਾਰਡ ਜੋ ਹੈ ਇਹਨਾਂ ਨੂੰ 1994 ਦੇ ਵਿੱਚ ਮਿਲਿਆ ਸੀ ਸ਼੍ਰੋਮਣੀ ਸਾਹਿਤਕਾਰ ਸਟੇਟ ਪੁਰਸਕਾਰ 1995 ਦੇ ਵਿੱਚ ਸਾਹਿਤਕ ਆਦਮੀ ਪੁਰਸਕਾਰ ਜੋ ਹੈ ਨਨੂੰ 1999 ਦੇ ਵਿੱਚ ਮਿਲਿਆ ਇਸ ਤੋਂ ਪਹਿਲਾਂ ਆਪਾਂ ਇੱਕ ਹੋਰ ਡਿਸਕਸ ਕਰ ਚੁੱਕੇ ਹਾਂ ਪੰਜਾਬੀ ਸਾਹਿਤ ਰਤਨ ਅਵਾਰਡ ਜੋ ਹੈ ਇਹਨਾਂ ਨੂੰ ਮਿਲਿਆ ਸੀ ਸੋ ਸਾਰੇ ਅਵਾਰਡਸ ਵਗੈਰਾ ਜਿਹਨੇ ਤੁਸੀਂ ਜਿੱਤਿਆਨਾਂ ਲਈ ਯਾਦ ਕਰਨੇ ਨੇ ਤੇ ਇਹਨਾਂ ਤੇ ਕੋਈ ਜ਼ਿਆਦਾ ਕੰਟੈਂਟ ਨਰਿੰਜਨ ਤੇ ਸਨੀਮ ਜੀ ਬਾਰੇ ਵੀ ਨਹੀਂ ਮਿਲਦਾ ਬਟ ਜਿੰਨੇ ਕੋ ਤੁਹਾਨੂੰ ਬੇਸਿਕ ਕੁਐਸਚਨ ਪੁੱਛੇ ਜਾਣਗੇ ਉਹ ਇਹਨਾਂ ਦੀਆਂ ਰਚਨਾਵਾਂ ਬਾਰੇ ਹੀ ਪੁੱਛੇ ਜਾਣਗੇ ਜਾਂ ਫਿਰ ਇਸ ਤਰ੍ਹਾਂ ਪੁੱਛ ਲਿਆ ਜਾਂਦਾ ਕਿ ਉਹਨਾਂ ਦੀ ਲੇਖਣੀ ਜੋ ਹੈ ਉਹ ਕਿਸ ਤਰ੍ਹਾਂ ਸੀ ਕਿਸਤੇ ਕੇਂਦ੍ਰਿਤ ਸੀ ਇਹ ਹੀ ਕੁਐਸਚਨ ਜ਼ਿਆਦਾ ਪੁੱਛੇ ਜਾਂਦੇ ਨੇ ਸੋ ਤੁਸੀਂ ਹਰ ਰਾਈਟਰ ਦੇ ਬਾਰੇ ਤੁਹਾਨੂੰ ਇਹ ਵਾਲੇ ਜੋ ਮੇਨ ਮੇਨ ਪੁਆਇੰਟਸ ਨੇ ਉਹ ਪਤਾ ਹੋਣੇ ਜ਼ਰੂਰੀ ਨੇ ਤੇ ਤੁਹਾਡੇ ਟਿਪਸ ਤੇ ਹੋਣੇ ਚਾਹੀਦੇ ਨੇ ਸੋ ਇਹਨਾਂ ਬਾਰੇ ਅਗਰ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਜੀ ਆਪਣਾ ਨੈਕਸਟ ਦੱਸ ਦਿਓ ਕਿ ਹੁਣ ਆਪਾਂ ਕਿਹੜਾ ਰਾਈਟਰ ਜੋ ਹੈ ਕਵਰ ਕਰੀਏ ਤੇ ਆਪਣੇ ਸੁਜੈਸ਼ਨਸ ਜੁਨੇ ਉਹ ਨਾਲ-ਨਾਲ ਦਿੰਦੇ ਰਿਹਾ ਕਰੋ ਕਿ ਆਪਾਂ ਵੀਡੀਓ ਨੂੰ ਹੋਰ ਅੱਛਾ ਕਿਵੇਂ ਬਣਾ ਸਕਦੇ ਆ ਕਿਹ ਚੀਜ਼ਾਂ ਜੁਨੇ ਵਿੱਚ ਐਡ ਕਰ ਸਕਦੇ ਆ ਸੋ ਆਪਣੇ ਵੈਲਿਊਏਬਲ ਸੁਜੈਸ਼ਨਸ ਜ਼ਰੂਰ ਦਿਆ ਕਰੋ ਸੋ ਅਗਰ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਬਾਕੀਆਂ ਨਾਲ ਸ਼ੇਅਰ ਜ਼ਰੂਰ ਕਰਿਓ ਸੋ ਥੈਂਕ ਯੂ ਜੀ ਥੈਂਕਸ ਫॉर ਵਾਚਿੰਗ